ਥਾਣਾ ਡਿਵੀਜ਼ਨ ਨੰਬਰ 1 ਪੁਲਿਸ ਵੱਲੋਂ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤੁਹਾਨੂੰ ਦੱਸ ਦਿਓ ਕਿ ਬੀਤੇ ਦਿਨੋਂ ਇੱਕ ਲੜਕੀ ਕੋਲੋਂ ਇਹ ਦੋਨਾਂ ਨੌਜਵਾਨਾਂ ਵੱਲੋਂ ਇੱਕ ਮੋਬਾਈਲ ਖੋਲ੍ਹ ਲਿੱਤਾ ਗਿਆ ਸੀਗਾ। ਡਿਵੀਜ਼ਨ ਨੰਬਰ 1 ਪੁਲਿਸ ਵੱਲੋਂ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਇਗਾਮੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦਿਓ ਕਿ ਦੋਨੋਂ ਨੌਜਵਾਨ ਜਿਹੜੇ ਨੇ ਦੀਨਾ ਨਗਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਲਖਵਿੰਦਰ ਸਿੰਘ ਰੰਧਾਵਾ DSP ਸਿਟੀ ਨੇ ਸਾਨੂੰ ਜਾਣਕਾਰੀ ਦਿੱਤੀ ਹੈ। ਉਹ ਸੁਣਦੇ ਹਾਂ ਕੀ ਕਹਿਣਾ ਉਹਨਾਂ ਦਾ ਇਸ ਮਾਮਲੇ ਦੇ ਬਾਰੇ। ਮਿਤੀ 18/7/23 ਨੂੰ ਲੜਕੀ ਮਨਪ੍ਰੀਤ ਕੌਰ ਆ ਜੀ ਦੀ ਉਮਰ ਕਰੀਬ 18 ਸਾਲ ਹੈ। ਇਹ ਆਈਲੈਟਸ ਕਰਨ ਆਉਂਦੀ ਆ ਪਿੰਡ ਨਾਲਾ ਗਰੋਟੇ ਤੋਂ ਥਾਣਾ ਸਦਰ। ਇੱਥੇ ਆਈਲੈਟ ਦੀ ਕਲਾਸ ਲਾ ਕੇ ਜਦੋਂ ਵਾਪਸ ਜਾ ਰਹੀ ਸੀ, ਦੋ ਮੋਨੇ ਨੌਜਵਾਨ ਪਿੱਛੋਂ ਮੋਟਰਸਾਈਕਲ 'ਤੇ ਆਏ ਅਤੇ ਜਿਨ੍ਹਾਂ ਨੇ ਇਹਦਾ ਮੋਬਾਈਲ ਜਿਹੜਾ ਸਨੈਚ ਕਰ ਲਿਆ। ਸਨੈਚ ਕਰਕੇ ਅਤੇ ਉਹ ਮੌਕੇ ਤੋਂ ਜਿਹੜੇ ਆ ਦੌੜ ਗਏ। ਇਹਨੇ ਸਾਨੂੰ ਐਪਲੀਕੇਸ਼ਨ ਦਿੱਤੀ, ਆਪਾਂ ਐਪਲੀਕੇਸ਼ਨ 'ਤੇ ਬੁਲਾ ਕੇ ਇਹਨੂੰ ਸਾਰਾ ਹੋਲੀਆ ਬੰਦਿਆਂ ਦਾ ਪੁੱਛ ਕੇ CCTV ਕੈਮਰੇ ਦੀ ਮਦਦ ਨਾਲ ਜਿਹੜਾ ਦੋਸ਼ੀਆਂ ਨੂੰ, ਜਿਹੜੇ ਦੋ ਦੋਸ਼ੀ ਸੀ ਉਹਨਾਂ ਦੀ ਪਛਾਣ ਕੀਤੀ। ਜਿਹੜਾ ਇੱਕ ਵਰਣਵੀਰ ਹੈ ਸ਼ਰਮਾ, ਦੂਸਰਾ ਹੈਗਾ ਗੌਤਮ ਮਾਜਲ, ਦੋਨੋਂ ਦੀਨਾਨਗਰ ਦੇ ਰਹਿਣ ਵਾਲੇ ਆ ਅਤੇ ਇਹਨਾਂ ਨੂੰ ਮੋਬਾਈਲ ਬਰਾਮਦ ਕਰ ਲਿਆ ਅਤੇ ਦੋਸ਼ੀਆਂ ਤੋਂ ਉਹਨਾਂ ਨੂੰ ਅਰੈਸਟ ਕਰ ਲਿਆ। ਪੁੱਛਗਿੱਛ ਜਾਰੀ, ਇਹਨਾਂ ਦਾ ਰਿਮਾਂਡ ਲਿਆ ਜਾ ਰਿਹਾ ਅੱਜ ਪੇਸ਼ ਕਰਕੇ ਰਿਮਾਂਡ। ਇਹਨਾਂ ਦਾ ਗੌਤਮ ਮਾਜਲ 'ਤੇ ਪਹਿਲਾਂ ਵੀ ਇੱਕ ਚੋਰੀ ਦਾ ਕੇਸ ਰਜਿਸਟਰ ਥਾਣੇ ਦੀਨਾਨਗਰ ਦੇ ਵਿੱਚ।